ਜੋ ਹੁਣੀ ਕਹਿਮ ਖਬਰ ਕੁਝ ਦਿਨ ਪਹਿਲਾਂ ਪਾਰਟੀ ਦੇ ਵਿੱਚ ਨੌਜਵਾਨ ਰੁਪਿੰਦਰ ਸਿੰਘ ਨੇ ਆਪਣੇ ਹੀ ਸਾਥੀ ਲਖਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਨਕਲੀ ਫੌਜੀ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਲਖਵਿੰਦਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਿ ਇਹਨਾਂ ਦੇ ਹੀ ਸਾਥੀ ਅਨਮੋਲਦੀਪ ਸਿੱਧੂ ਨੂੰ ਇਮਤਿਹਾਨ 'ਚ ਪਰਚੇ ਚਲਾਉਂਦੇ ਫੜਿਆ ਗਿਆ ਫਿਲਹਾਲ ਪੁਲਿਸ ਵੱਲੋਂ ਪੂਰੇ ਗਿਰੋਹ ਨੂੰ ਲੱਭਣ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ ਓ ਯਾਰ ਜੱਸ ਹੁਣ ਦੱਸ ਕੀ ਕਰੀਏ ਪਹਿਲਾਂ ਰਹਿਣ ਦਾ ਬੰਦੋਬਸਤ ਕਰਨਾ ਪੈਣਾ ਹੁਣ ਤਾਂ ਨਾ ਇੱਕੋ ਜਗ੍ਹਾ ਜਿੱਥੇ ਆਪਾਂ ਨੂੰ ਛੱਤ ਨਾ ਸਕਦੀ ਹੈ ਸਪਲੀ ਕਿਉਂ ਆਈ ਨੰਬਰ ਇੱਥੇ ਸਾਡੀ ਨਹਾਉਣ ਨੂੰ ਐਡੀ ਲਾਈਨ ਆ ਤਾਂ ਧੋਣ ਦੀ ਕਿੱਡੀ ਹੋਊ ਜਦੋਂ ਕਦੇ ਪਨੀਰ ਬੰਦਾ ਹੋਊਗਾ ਉਰੇ ਤਾਂ ਦੰਗੇ ਹੋ ਜਾਂਦੇ ਹੋਣਗੇ ਨਿੰਗ ਲਾਈਫ ਛੜ ਸਾਰਿਆਂ ਤੇ ਲਈਆ ਮਿੱਠੀ ਜੇਲ ਕਿਸੋ ਉੱਥੋਂ ਸ਼ੁਰੂ ਕਰ ਬਸਨ ਪ੍ਰਦੂਸ਼ਣ ਅਰੇ ਕਾ ਹੋ ਗਿਆ ਲੇਰੀ ਭਈਆ ਰੇਡ ਪੈ ਗਈ ਵੱਡੇ ਰੇਡ ਸੀ ਐਮਐਸਟੀ ਨਹੀਂ ਕੋਈ ਜਿੱਤੇ ਮਾਸ ਬੰਕ ਬੜੇ ਕੀਤੇ ਪ੍ਰਿੰਟਰ ਨਾਲ ਮੇਰੀ ਰੋਕ ਚੰਗਾ ਬੋਝ ਲੱਤ ਯਾਸੀ ਆਓ ਦੇਖੀ ਗੱਲ ਰਹਾ ਹੈ ਉਹ ਕੁੜੀਆਂ ਦਾ ਹੋਸਟਲ ਦੇਖ ਰਹੇ ਹੋ ਜਿਹੜੇ ਮੁੰਡੇ ਤੋਂ ਕੁੜੀ ਨਾਲ ਸਿੱਧੇ ਮੂੰਹ ਗੱਲ ਨਹੀਂ ਨਾ ਹੁੰਦੀ ਉਹ ਇੱਥੇ ਆ ਕੇ ਸੰਗ ਪਾੜ ਪਾੜ ਜਵਾਬ ਦਿੰਦਾ ਜਿਹੜੀ ਮੈਡਮ ਨਾਲ ਤੁਸੀਂ ਅੱਜ ਗੱਲ ਕਰੀ ਜਾਂਦੇ ਸੀ ਕੌਣ ਉਹ ਤਾਂ ਯਾਰ ਰਵਨੀਨ ਮੈਡਮ ਹੈ ਸਾਨੂੰ ਫਸਟ ਸਮੈਸਟਰ 'ਚ ਪੜ੍ਹਾਉਂਦੀ ਹੁੰਦੀ ਸੀ ਜੇ ਡੀ ਦੀ ਅਸਾਈਨਮੈਂਟ ਨਹੀਂ ਬਣਾ ਕੇ ਲੈ ਕੇ ਆਈ ਮੈਡਮ ਰੱਦ ਕੇ ਦਲੀਲ ਕਰ ਦਿੰਦੀ ਆਈ ਗੱਲ ਪੇਪਰ ਹੈ ਤੇ ਮੈਂ ਤਾਂ ਮਾਈਕਰੋ ਵੀ ਨਹੀਂ ਬਣਾਈ ਸਸਲੀ ਕਿਉਂ ਆਈ ਚੰਗੀ ਮੱਚ ਗਈ ਦੁਹਾਈ ਜਿਵੇਂ ਟੀਚਰਾਂ ਦੇ ਨਾਲ ਸਾਡੀ ਹੁੰਦੀ ਆ ਲੜਾਈ ਤੈਨੂੰ ਬਟੂਆ ਹੀ ਮਿਲਿਆ ਸੀ ਪਰਚੀ ਪਾ ਕੇ ਲੈ ਕੇ ਜਾਣ ਨੂੰ ਉਹ ਵਾਲਟ ਮੈਨੂੰ ਡੀ ਜੀ ਨੇ ਗਿਫਟ ਕੀਤਾ ਸੀ ਮੇਰੇ ਬਰਥਡੇ ਤੇ ਘੱਟੋ ਘੱਟ ਹੁਣ ਆਪਾਂ ਤਿੰਨ ਜਾਣੇ ਤਾਂ ਇਕੱਠੇ ਹੋਈਏ ਤਾਂ ਹੀ ਬਾਕੀਆਂ ਨੂੰ ਕਰਾਂਗੇ ਨਾ ਬ੍ਰੋ ਪਹਿਲਾਂ ਭੋਰ ਦੋ ਬਾਅਦ ਚ ਕੱਚੀ ਹੋਈ ਬ੍ਰੋ ਕੱਚੇ ਹੋ ਜੋ ਬ੍ਰੋ ਵੱਡੇ ਦੀ ਅਨਮੋਲ ਅਨਮੋਲ ਕੀ ਜੇ ਮੈਨੂੰ ਉੱਥੇ ਕਿਸੇ ਨੇ ਤੁਹਾਡੇ ਨਾਲ ਗੱਲ ਕਰਦੇ ਨੂੰ ਦੇਖ ਲਿਆ ਨਾ ਤੂੰ ਮੈਨੂੰ ਵੀ ਆਪਕੇ ਜੈਸਾ ਸਮਝ ਲੈ ਉਹ ਮੈਂ ਜਾ ਤੂੰ ਉਹ ਯਾਰ ਤੈਨੂੰ ਨਹੀਂ ਪਤਾ ਲੁਧਿਆਣੇ 'ਚ ਕਿੱਥੇ ਰਹਿੰਦਾ ਹੈ ਹਾਊਸ ਨੰਬਰ 245 ਹੈ ਚਲੀਏ ਅੱਜ ਆਪਾਂ ਲੁਧਿਆਣਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਚੋਰ ਤੇ ਸਾਧ ਕਦੇ ਆਪਣੇ ਸਹੀ ਟਿਕਾਣੇ ਨਹੀਂ ਦੱਸਦੇ ਕੌਣ ਕੌਣ ਸਾ ਚਾਰਜ ਲਗਾਏ ਆਪ ਲੱਕੀ ਤੇ ਇਹ ਤਾਂ ਨਹੀਂ ਦੱਸ ਸਕਦਾ ਪਰ ਇੰਨੀ ਗੱਲ ਪੱਕੀ ਹੈ ਤੁਹਾਡਾ ਜਾਰ ਗਿਆ 2-3 ਸਾਲ ਲਈ ਅੰਦਰ ਮਾਰਿਆ ਕੁੱਟਿਆ ਵੀ ਹੈ ਬੋਲ ਤੇ ਮਾੜੀ ਮੋਟੀ ਸੇਵਾ ਤਾਂ ਪੰਜਾਬ ਪੁਲਿਸ ਕਰਦੀ ਹੈ ਪਰ ਬਈ ਤਵੀ ਦਾ ਨਹੀਂ ਹੁੰਦਾ ਮੈਂ ਵਿਜੇਰਾਜ ਸਿੰਘ ਚੀਮਾ ਪਾਰਟੀ ਪ੍ਰੈਜ਼ੀਡੈਂਟ ਪੀਐਸਏ ਪੰਜਾਬ ਸਟੂਡੈਂਟ ਐਸੋਸੀਏਸ਼ਨ ਜੇ ਤੁਹਾਨੂੰ ਪੀਐਸਏ ਵੱਲੋਂ ਵਾਈਸ ਪ੍ਰੈਜ਼ੀਡੈਂਟ ਖੜਾ ਕਰ ਦਈਏ ਤਾਂ ਬਈ ਬਈ ਮੈਨੂੰ ਸਟੂਡੈਂਟ ਇੱਥੇ ਅਨਮੋਲ ਦੀ ਸਪੋਰਟ 'ਚ ਇਕੱਠੇ ਹੋਏ ਆ ਤੁਹਾਡਾ ਪਾਰਟੀਆਂ ਦਾ ਲੈਕਚਰ ਸੁਣਨ ਨਹੀਂ ਆਏ ਮੈਂ ਪਾਰਟੀ ਵਾਲੇ ਫੱਦੂ ਸਾਕੇ ਸਿੱਧੇ ਮੂੰਹ ਗੱਲ ਕਰ ਓਏ ਹਾਂਜੀ ਗਾਇਜ਼ ਸੋ ਕਿੱਦਾਂ ਲੱਗਿਆ ਜੀ ਯਾਰ ਜਿਗਰੀ ਕਸੂਤੀ ਡਿਗਰੀ ਸੀਜ਼ਨ 2 ਦਾ ਟ੍ਰੇਲਰ ਸੋ ਉਮੀਦ ਕਰਦਾ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਸੋ ਅਸੀਂ ਆ ਰਹੇ ਹਾਂ ਜੀ 30 ਤਰੀਕ ਨੂੰ ਸ਼ਾਮੀ 5 ਵਜੇ ਸੀਜ਼ਨ 2 ਦਾ ਪਹਿਲਾ ਐਪੀਸੋਡ ਲੈ ਕੇ ਸੋ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਣਾ ਨਾ ਭੁੱਲਿਓ